ਤੁਹਾਡਾ ਬਾਬਾ ਸਵਾਗਤ ਹੈ ਸਾਡੇ YouTube ਚੈਨਲ ਕਰਦੀਪ ਸਿੰਘ ਵਿੱਚ। ਅੱਜ ਤੁਹਾਡੇ ਲਈ ਹੋਰ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਦੱਸਾਂਗੇ ਜੋ ਕਿ PM ਕਿਸਾਨ ਸਮਾਨ ਨਿਧੀ ਯੋਜਨਾ ਵਿੱਚ ਪਹਿਲਾਂ CSE ਦੇ ਨਾਲ ਕਿਸਾਨ ਰਜਿਸਟਰ ਹੋ ਜਾਂਦਾ ਸੀ, ਉਹ ਹੁਣ ਆਪਸ਼ਨ ਹਟਾ ਦਿੱਤੀ ਗਈ ਹੈ ਤੇ ਹੁਣ ਕੋਈ ਵੀ ਨਵਾਂ ਫਾਰਮਰ ਐਡ ਨਹੀਂ ਹੋ ਸਕਦਾ ਉਸ ਸਕੀਮ ਵਿੱਚ। ਠੀਕ ਹੈ ਜੀ, ਚਲੋ ਮੈਂ ਤੁਹਾਨੂੰ ਡਾਇਰੈਕਟ ਵੈਬਸਾਈਟ ਤੇ ਜਾ ਕੇ ਦਿਖਾਉਣਾ ਕਿ ਉਹ ਵੈਬਸਾਈਟ ਹੁਣ ਵਿੱਚ ਕਿਹੜੀ ਕਿਹੜੀ ਆਪਸ਼ਨ ਹੈ। ਠੀਕ ਹੈ ਜੀ, ਇਹ ਤੁਸੀਂ ਵੇਖ ਸਕਦੇ ਜੇ ਕਿ ਮੈਂ PM ਕਿਸਾਨ ਸਮਾਨ ਨਿਧੀ ਯੋਜਨਾ ਦੀ ਆਫਿਸ਼ੀਅਲੀ ਸਾਈਟ ਖੋਲ ਚੁੱਕਾ ਹਾਂ। ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਆਪਣੀ ਕਿਤੇ ਵੀ CSE ਲੌਗਇਨ ਦੀ ਆਪਸ਼ਨ ਨਹੀਂ ਹੈ ਤੇ ਫਾਰਮਰ ਕੋਰਨਰ ਦੀ ਆਪਸ਼ਨ ਵੀ ਹਟਾ ਦਿੱਤੀ ਗਈ ਹੈ। ਜੇ ਆਪਾਂ ਆਪਣੇ ਡਿਜੀਟਲ ਸੇਵਾ ਪੋਰਟਲ ਵਿੱਚ ਵੀ ਵੇਖਾਂਗੇ, ਉੱਥੋਂ ਵੀ ਆਪਸ਼ਨ ਹਟਾ ਦਿੱਤੀ ਹੈ। ਠੀਕ ਹੈ ਜੀ, ਜੇ ਐਕਟੀਵੇਟ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਠੀਕ ਹੈ ਜੀ, ਜੇ ਜਾਣਕਾਰੀ ਮਿਲੂਗੀ ਕਿਸੇ ਵੀ ਮਿਲੂਗੀ ਕਿ ਇਹ ਆਪਸ਼ਨ ਕਦੋਂ ਤੇ ਚਾਲੂ ਹੋਊਗੀ ਤੇ ਤੁਹਾਨੂੰ ਜ਼ਰੂਰ ਦੱਸਾਂਗੇ। ਠੀਕ ਹੈ ਜੀ, ਇਹ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਫੋਰ ਵਾਚਿੰਗ ਵੀਡੀਓ।